ਬੇਟੇ ਮੁਸੈਬ ਖਾਨ ਜ਼ਾਕਰ ਬਹੁਤ ਬੜੇ ਅਤੇ ਮਸਾਹਿਬ ਪੀਰ ਇਕਬਾਲ ਸ਼ਾਹ ਵੀ ਬੈਠੇ ਨੇ ਅਤੇ ਮਸਾਹਿਬ ਹਾਜੀ ਨਾਸਰ ਅਬਾਸ ਨੋਤਕ ਸਾਹਿਬ ਅਤੇ ਮੈਂ ਆਪ ਵੀ ਠੀਕ ਠਾਕ ਮਸਾਹਿਬ ਪੜ੍ਹ ਲੈਂਦਾ ਅਤੇ ਸਾਡਾ ਭਾਈ ਮੌਲਾ ਜ਼ਿੰਦਗੀ ਦੇ ਵਸੀਮ ਅਬਾਸ ਬਹੁਤ ਅੱਛਾ ਮਸਾਹਿਬ ਪੜ੍ਹ ਗਿਆ ਮੇਰਾ ਦਿਲ ਮੈਂ ਨਹੀਂ ਰਿਹਾ ਇੱਕ ਸੀਧਾ ਹੋਰ ਪੜ੍ਹ ਕੇ ਅਤੇ ਮੈਂ ਇਹਨਾਂ ਨੂੰ ਮੈਂਬਰ ਦੇ ਦੇ ਠੀਕ ਹੈ ਨਾ ਜੀ ਧਮਾਲ ਫਿਰ ਕਿਸੇ ਵੇਲੇ ਇਨਸ਼ਾਅੱਲਾ ਹਾਂ ਕਸੀਦਾ ਮੈਂ ਤੁਹਾਨੂੰ ਸੁਣਾਉਣ ਲੱਗਾ ਜਨਾਬ ਫੈਲੀ ਹੋਈ ਜ਼ਿਆ ਹੈ ਜੋ ਦੁਨੀਆ ਮੇ ਚਾਰ ਸੂ ਅਕਸੇ ਜਬੀਨੇ ਬਾਦਸ਼ਾਹ ਮਸ਼ਰਕੈਨ ਹੈ ਇਬਨੇ ਅਲੀ ਕੇ ਹੁਸਨ ਕੀ ਹੱਦ ਹੀ ਨਹੀਂ ਕੋਈ ਯੂਸਫ ਕਿਰਨ ਹੈ ਜਿਸ ਕੀ ਵੋ ਸੂਰਜ ਹੁਸੈਨ ਹੈ ਮੈਂ ਉਸ ਬੰਦੇ ਨੂੰ ਸ਼ੀਆ ਨਹੀਂ ਸਮਝਦਾ ਜਿਹਦੇ ਕੰਨ ਤੱਕ ਕੁੱਲੋ ਨਾ ਮੁਹੰਮਦ ਦੀ ਆਵਾਜ਼ ਨਹੀਂ ਇੱਕ ਮਰਤਬਾ ਸਾਰੇ ਬੋਲੋ ਕੁੱਲੋ ਨਾ ਮਿਹਰਬਾਨੀ ਕਰੋ ਸਾਰੇ ਬੋਲੋ ਕੁੱਲੋ ਨਾ ਮੁਹੰਮਦ ਏ ਅਲਮ ਹੈ ਕਮਲੀ ਵਾਲੇ ਦਾ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੇ ਸੁਣਨ ਦੀ ਕਿਆ ਬਾਤ ਹੈ ਮੈਂ ਬਿਸਮਿਲ੍ਲਾ ਕਰਾਂ ਏ ਅਲਮ ਹੈ ਕਮਲੀ ਵਾਲੇ ਦਾ ਜਿਹੜਾ ਨੌਕਰ ਹੈ ਲਾਵੇਗਾ ਮੈਨੂੰ ਕਸਮ ਰਸੂਲ ਦੀ ਮਾਸ਼ਰ ਵਿੱਚ ਇਹੋ ਪਰਚਮ ਹੀ ਲਹਿਰਾਵੇ ਹੈ ਰਾਜ਼ੀ ਹੋਈ ਮੌਲਾ ਤੈਨੂੰ ਕਿਸੇ ਦਾ ਮੁਹਤਾਜ ਨਾ ਕਰੇ ਮੌਲਾ ਅੱਬਾਸ ਤੁਹਾਡੀਆਂ ਨਸਲਾਂ ਨੂੰ ਸਲਾਮਤ ਰੱਖੇ ਪੁੱਤਰਾਂ ਨਾਲ ਭਰਾਵਾਂ ਨਾਲ ਖਾਨਦਾਨ ਨਾਲ ਅਲੀ ਦਾ ਪੁੱਤਰ ਤੈਨੂੰ ਵਸਦਾ ਰੱਖੇ ਜਿਹੜੀਆਂ ਜਿਹੜੀਆਂ ਦਵਾਈ ਲੈ ਕੇ ਆਏ ਉਹ ਉਮਲ ਬਨੀਨ ਦਾ ਪੁੱਤਰ ਪੂਰੀਆਂ ਕਰਕੇ ਟੋਰੀ ਪੀਰ ਤਨਵੀਰ ਸ਼ਾਹ ਜੀ ਹੁਸੈਨ ਦਾ ਜ਼ਿਕਰ ਹੋ ਕੇ ਹੱਥ ਬੰਨ ਕੇ ਮਿੰਨਤ ਪਿਆ ਕਰਦਾ ਜਿਹੜਾ ਮਜਲਸ ਮੁੱਕ ਜਾਵੇ ਖੁਸ਼ ਨਾ ਹੋਵੇ ਜੋ ਅੱਜ ਮੇਰੇ ਕੋਲ ਬੜਾ ਮਜਮਾ ਹੈ ਅੱਜ ਮੇਰੇ ਕੋਲ ਬੜੇ ਜ਼ਿਕਰ ਆਏ ਮੈਂ ਬੀਬੀ ਦਾ ਜ਼ਿਕਰ ਹੋ ਕੇ ਤੁਹਾਡੇ ਅੱਗੇ ਮਿੰਬਰ ਤੇ ਮਿੰਨਤ ਪਿਆ ਕਰਨਾ ਮਜਲਸ ਮੁੱਕ ਜਾਵੇ ਜਿੱਦਾਂ ਇਹ ਲੋਕ ਆਪਣੇ ਘਰਾਂ ਨੂੰ ਟੁਰ ਜਾਵਣ ਸਾਡੀਆਂ ਮੁਰਸ਼ਦਜ਼ਾਦੀਆਂ ਨੂੰ ਨਾਲ ਲੈ ਕੇ ਇਸੇ ਮਿੰਬਰ ਵਾਲੀ ਥਾਂ ਤੇ ਖਲੋ ਕੇ ਸ਼ਾਮ ਦੇ ਪਾਸੇ ਮੂੰਹ ਕਰਕੇ ਆਖਿਆ ਆਉਣ ਦੀ ਮਾਂ ਸਾਡੇ ਤੇ ਰਾਜ਼ੀ ਜਾਵੇ ਤੁਹਾਡੇ ਪੁੱਤਰਾਂ ਦੀ ਜ਼ਿੰਦਗੀ ਹੋਵੇ ਤੇਰੀਆਂ ਕੂਕਾਂ ਮਾਂ ਹੁਸੈਨ ਦੀ ਕਬੂਲ ਤੇ ਮਨਜ਼ੂਰ ਫਰਮਾਵੇ ਤੁਹਾਡੇ ਪੁੱਤਰਾਂ ਦੀ ਹਯਾਤੀ ਹੋ ਜੀ ਸਹੀ ਅਜ਼ਾਦਾ ਇੱਕ ਵਾਰ ਸ਼ਾਮ ਦੇ ਪਾਸੇ ਮੂੰਹ ਕਰਕੇ ਆਖਿਆ ਹੁਸੈਨ ਦੀ ਭੈਣ ਮੈਂ ਗਰੀਬ ਤੇ ਰਾਜ਼ੀ ਜਾਵੀ ਜਿਹੜੀ ਸ਼ਾਮ ਦਾ ਪੰਧ ਕਰਕੇ ਮੈਂ ਗਰੀਬ ਦੀ ਮਜਲਸ ਮੁਹੱਬਤ ਅਲੀ ਦੀ ਪੜ੍ਹਨਾ ਨਮਾਜ਼ ਦਾ ਤੇ ਰੋਣਾ ਹੁਸੈਨ ਦਾ ਗੱਲ ਮੇਰੀ ਸਮਝੀ ਚੀਮਾ ਸਾਹਿਬ ਮੈਂ ਵੱਧ ਪਿਆ ਦਾ ਮੁਹੱਬਤ ਅਲੀ ਦੀ ਪੜ੍ਹਨਾ ਨਮਾਜ਼ ਦਾ ਤੇ ਰੋਣਾ ਹੁਸੈਨ ਦਾ ਸ਼ਾਮ ਹੋ ਗਈ ਏ ਇਸੇ ਵੇਲੇ ਦੇ ਵਹਿਣ ਦਾ ਬਾਬਾ ਜੀ ਨੇ ਮੈਨੂੰ ਹੁਕਮ ਕੀਤਾ ਮਨਜ਼ੂਰੀ ਦਾ ਵੇਲਾ ਮੈਂ ਸੈਣ ਦਾ ਜਾ ਕੇ ਰੋ ਕੇ ਮੈਂ ਮਿੰਬਰ ਤੇ ਝੋਲੀ ਚਾ ਕੇ ਦੁਆ ਪਿਆ ਮੰਗਦਾ ਮਰਨ ਤੋਂ ਪਹਿਲੋਂ ਅਲੀ ਦੀਦੀ ਤੈਨੂੰ ਸ਼ਾਮ ਜ਼ਰੂਰ ਬੁਲਾਵੇ
ਅਕਬਰ ਦੇ ਬਾਬੇ ਨੂੰ ਰੋਵਣ ਵਾਲਿਆ ਮੈਂ ਗਰੀਬ ਦੀ ਦੁਆਏ ਜਦਾਂ ਤੂੰ ਸ਼ਾਮ ਦੇ ਬਾਜ਼ਾਰ ਚੋਂ ਗੁਜ਼ਰੇ ਇਨਸ਼ਾਅੱਲਾ ਤੇਰੀਆਂ ਭੈਣਾਂ ਤੇਰੇ ਨਾਲ ਹੋਣ ਜਿਤਨੇ ਸੈਯਦੋ ਤੁਹਾਡੇ ਵਾਜਬ ਆਮੀਨ ਆਖਾਂ ਜਿਤਨੇ ਸੈਯਦੋ ਜਿਤਨੀਆਂ ਸੈਯਦਾਦੀਆਂ ਇੰਜ ਸਮਝੋ ਮੇਰਾ ਸਿਰ ਤੁਹਾਡੇ ਪੈਰਾਂ ਤੇ ਅੱਜ ਮਜਲਿਸ ਵਿੱਚ ਦੁਆ ਮੰਗੋ ਮੇਰਾ ਅੱਲਾ ਆਉਣ ਦੀ ਮਾਂ ਦੇ ਰੋਜ਼ੇ ਦੀ ਹਿਫਾਜ਼ਤ ਫਰਮਾ ਜਿਹੜੀ ਬੀਬੀ ਚਾਦਰ ਲੁਟਾ ਕੇ ਕੜੀਆਂ ਪਾ ਕੇ ਪੱਥਰ ਜਲਦੀ ਰਹੀ ਮੈਂ ਸ਼ਾਮ ਹਾਜ਼ਰ ਹੋਇਆ ਸਜਦਾ ਕੀਤਾ ਅਲੀ ਦੀ ਧੀ ਦੇ ਦਰਵਾਜ਼ੇ 'ਤੇ ਮੈਂ ਇੱਕ ਸਵਾਲ ਕੀਤਾ ਹੈ ਬੀਬੀ ਤੇਰੇ ਬੇਟੋ ਕੇ ਆਜ਼ਾਦਾਰ ਯੇ ਕਰਤੇ ਹੈ ਸਵਾਲ ਤੇਰੇ ਅਕਬਰ ਕੇ ਆਜ਼ਾਦਾਰ ਯੇ ਕਰਤੇ ਹੈ ਸਵਾਲ ਕੈਸੇ ਬਾਜ਼ਾਰ ਸੇ ਗੁਜ਼ਰੀ ਹੋ ਅਲਮਦਾਰ ਕੇ ਬਾਦ ਨਹੀਂ ਬੰਦਿਆਂ ਗੱਲ ਸਮਝੀ ਜੀ ਸਹੀ ਹੈ ਜੀ ਮੌਲਾ ਲਾਲ ਸ਼ਾਹ ਜੀ ਮੌਲਾ ਤੁਹਾਡੇ ਪੁੱਤਰਾਂ ਦੀ ਹਯਾਤੀ ਕਰੇ ਬੀਬੀ ਤੇਰੇ ਬੇਟੋ ਕੇ ਆਜ਼ਾਦਾਰ ਯੇ ਕਰਤੇ ਹੈ ਸਵਾਲ ਕੈਸੇ ਬਾਜ਼ਾਰ ਸੇ ਗੁਜ਼ਰੀ ਹੋ ਅਲਮਦਾਰ ਕੇ ਬਾਦ ਮੇਰੇ ਦੋਵੇਂ ਹੱਥ ਮਿੰਬਰ ਤਿੰਨ ਮੈਂ ਅਗਲੀ ਸਤਰ ਜ਼ਿਆਦਾ ਮਜਮਿਆਂ 'ਚ ਨਹੀਂ ਪੜ੍ਹਦਾ ਪੀਰ ਇਕਬਾਲ ਸ਼ਾਹ ਜੀ ਭਾਈ ਅਹਿਮਦ ਰਜ਼ਾ ਮੈਂ ਤੁਹਾਡੇ ਵਾਸਤੇ ਪੜ੍ਹਨ ਲੱਗਾ ਦੀਵਾਨਾ ਸਾਹਿਬ ਕਰੋ ਸਵਾਲ ਹਬੀਬ ਰਜ਼ਾ ਕੋਈ ਅਲੀ ਦੀ ਧੀ ਦੇ ਰੋਜ਼ੇ 'ਚੋਂ ਵੀ ਜਵਾਬ ਮਿਲਿਆ ਜਾਂ ਕੋਈ ਨਾ ਦੋ ਬੰਦੇ ਵੀ ਹਾਏ ਚਾ ਕਰਨ ਮੇਰਾ ਸਲਾਮ ਹੋ ਵੈਸੀ ਹੱਲੀ ਏ ਖਬਰ ਅਲੀ ਦੀ ਧੀ ਦੀ ਜਵਾਬ ਹੈ ਇਸ ਤਰ੍ਹਾਂ ਕੱਟ ਕੇ ਗਿਰੀ ਫਰਸ਼ ਪੇ ਅੰਮਾ ਕੀ ਦੁਆ ਸ਼ਾਬਾਸ਼ ਸ਼ਾਬਾਸ਼ ਅਲੀ ਦੀ ਧੀ ਦਿਨ ਕਿਸੇ ਦਾ ਮੁਹਤਾਜ ਨਾ ਕਰੇ ਹੋ ਇਨਸ਼ਾਅੱਲਾ ਤੁਹਾਡੇ ਪੁੱਤਰਾਂ ਦੀ ਜ਼ਿੰਦਗੀ ਹੋਵੇ ਜੀ ਜੀ ਬਾਬਾ ਜੀ ਸੈਯਦਾਦਾ ਜੀ ਸ਼ਹਿਜ਼ਾਦ ਜਵਾਨੀ ਮਾਣੇ ਨੌਕਰਾਂ ਮੈਂ ਤੇ ਨੌਕਰਾਂ ਪਿੰਨਣ ਦਾ ਵੇਲਾ ਇਸ ਤਰ੍ਹਾਂ ਕੱਟ ਕੇ ਗਿਰੀ ਫਰਸ਼ ਪੇ ਅੰਮਾ ਕੀ ਦੁਆ ਅਬ ਤਲਕ ਸੋ ਨਹੀਂ ਪਾਈ ਹੂੰ ਵਫਾਦਾਰ ਕੇ ਬਾਦ ਮੈਂ ਨੌਕਰਾਂ ਬਾਬਾ ਜੀ ਤੁਹਾਡੀ ਕਨੀਜ਼ ਦਾ ਪੁੱਤਰ ਆਉਣ ਦੀ ਮਾਂ ਜਵਾਬ ਦਿੱਤਾ ਇਸ ਤਰ੍ਹਾਂ ਕੱਟ ਕੇ ਗਿਰੀ ਫਰਸ਼ ਪੇ ਅੰਮਾ ਕੀ ਦੁਆ ਇਸ ਇਲਾਕੇ ਵਾਲਿਓ ਮੈਨੂੰ ਮਿੰਬਰ ਦੀ ਕਸਮ ਹੈ ਅੱਬਾਸ ਮਰਾ ਕੇ ਗਰੀਬ ਹੋ ਗਈ ਧੀ ਅਲੀ ਦੀ ਇੱਕ ਜੁਮਲਾ ਸਾਡੇ ਬਜ਼ੁਰਗ ਮਲਕ ਗੁਲਾਮ ਜਾਫਰ ਤਿਆਰ ਸਾਹਿਬ ਉਹ ਜੁਮਲਾ ਇੱਕ ਬੜਾ ਪੜ੍ਹਦੇ ਨੇ ਮੈਨੂੰ ਬਤੂਲ ਦੇ ਪੁੱਤਰ ਦੇ ਆਖਰੀ ਸਜਦੇ ਦੀ ਕਸਮ ਹੈ ਮੈਂ ਕਈ ਕਿ ਵੇਲੇ ਇਕੱਲਾ ਗੱਡੀ ਵਿੱਚ ਜੁਮਲਾ ਪੜ੍ਹ ਕੇ ਨਾ ਅਤੇ ਮੈਂ ਰੋਂਦਾ ਰਹਿੰਦਾ ਜਦੋਂ ਮੇਰੇ ਜਲਸੇ 'ਤੇ ਆਉਣ ਮੇਰੀ ਉਹਨਾਂ ਅੱਗੇ ਮਿੰਨਤ ਹੁੰਦੀ ਹੈ ਬਈ ਇਹ ਜੁਮਲਾ ਜ਼ਰੂਰ ਪਤਾ ਨਹੀਂ ਕਿਤਨਾ ਮਸਾਇਬ ਇਸ ਜੁਮਲੇ 'ਚ ਮਾਰ ਮਾਰ ਕੇ ਥੱਕ ਪੈਣ ਡੀ ਲੱਥੇ ਤੇ ਭੈਣ ਲੁੱਟੀ ਗਈ
ਆਇਆ ਮੇਰੇ ਅੱਲਾ, ਆਇਆ ਮੇਰੇ ਅੱਲਾ। ਇਹੋ ਮਜ਼ਮੂਨ ਮੈਂ ਡੇਢ ਘੰਟੇ 'ਚ ਵੀ ਪੜ੍ਹਦਾ, ਮਗਰ ਮੈਂ ਸੀਨੀਅਰ ਇਨ ਬਾਬਾ ਜੀ ਮੇਰਾ ਭਾਈ ਅਹਿਮਦ ਰਜ਼ਾ ਸੁਲਤਾਨੀ, ਮਾਂ ਹੁਸੈਨ ਦੀ ਕਿਸੇ ਦਾ ਮੁਹਤਾਜ ਨਾ ਕਰੇ, ਬਸ ਥੋੜ੍ਹੇ ਜਿਹੇ ਮੁਨਾਸਿਬ ਜਿਹੇ ਵਕਤ 'ਚ ਮੈਂ ਆਪਣੀ ਹਾਜ਼ਰੀ ਮੁਕੰਮਲ ਕਰਨ ਲੱਗਾ। ਚੱਲ ਗਈਆਂ ਜ਼ਰਬਾਂ, ਮੁੱਕ ਗਈ ਜੰਗੇ ਅਸਗਰ, ਤੇਰਾਂ ਜ਼ਰਬਾਂ ਤੋਂ ਬਾਅਦ ਸ਼ੁਰੂ ਹੋਈ ਹੈ ਜੰਗੇ ਅਕਬਰ। ਜੇ ਇੱਥੇ ਰੋਣ ਨਾ ਆਵੇ ਘਰ ਕੱਲਾ ਬਹਿ ਕੇ ਅਲਮ ਥੱਲੇ, ਸੋਚੀ ਜਿੰਨਾ ਜੰਗੇ ਅਸਗਰ ਲੜੀਏ ਉਹ ਮਰਦਾ ਹੈ ਭਾਈ ਜਾਨ, ਜਿੰਨਾ ਜੰਗੇ ਅਕਬਰ ਲੜੀਏ ਉਹ ਬੀਬੀਆਂ ਜਿਹੜੀਆਂ ਮਾਂ ਦੀ ਕੰਡ ਦਾ ਓਲਾ ਲੈ ਕੇ ਪਿਓ ਨਾਲ ਬੁਲੈਂਦੀਆਂ। ਕਬਰ ਰੋਸ਼ਨ ਹੋਵੇ ਸੈਯਦ ਤਨਵੀਰ ਸਬਤੈਨ ਮੇਲੋ ਆਣਿਆ, ਏਡੀ ਗੱਲ ਉਹਨਾਂ ਕੀਤੀ ਜਿਗਰ ਫਟ ਗਿਆ, ਮਜਮੇ 'ਚ ਖਲੋ ਗਏ। ਆਦੇ ਨੂੰ ਸ਼ੀਓ ਅਸਾਂ ਕੀ ਪੜਿਆ ਅਲੀ ਉਨ ਵਲੀ ਉੱਲਾ, ਅਸਾਂ ਕੀ ਮੰਨਿਆ ਅਲੀ ਨੂੰ, ਅਲੀ ਤੋਂ ਵੱਡਾ ਗਰੀਬ ਅੱਜ ਵੀ ਅੱਲਾ ਦੀ ਜ਼ਮੀਨ 'ਤੇ ਕੋਈ ਨਹੀਂ। ਗੱਲ ਮੇਰੀ ਉਸ ਬੰਦੇ ਨਾਲ ਹੈ ਜਿਹਦੇ ਘਰ ਦੀ ਹੈ। ਜੇ ਤੈਨੂੰ ਗੱਲ ਦੀ ਸਮਝ ਆ ਗਈ ਤੂੰ ਗਲੀਆਂ ਬਾਜ਼ਾਰਾਂ 'ਚ ਵੀ ਰੋਸੇ। ਲੋਕ ਆਦੇ ਨੂੰ ਬਾਬਾ ਜੀ ਵਜ਼ਾਹਤ ਕਰੋ, ਸੈਯਦ ਮੂੰਹ 'ਤੇ ਮਾਤਮ ਕੀਤਾ, ਆਦੇ ਨੇ ਇਸ ਤੋਂ ਵੱਡੀ ਗਰੀਬੀ ਕਿਹੜੀ ਏ, ਅੱਜ ਵੀ ਗਰੀਬ ਤੋਂ ਗਰੀਬ ਬੰਦਾ ਧੀ ਦੇ ਸਿਰ ਤੇ ਹੱਥ ਰੱਖ ਕੇ ਨਹੀਂ ਆਗ ਸਕਦਾ, ਜਾ ਤੇਰਾ ਮੁਕੱਦਰ ਅਲੀ ਦੀਆਂ ਦੀਆਂ ਵਾਗੋ। ਨਹੀਂ 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 ਨਹੀਂ, ਵਾਹ ਬਾਈ ਵਾਹ, ਵਾਹ ਬਾਈ ਵਾਹ, ਅਲੀ ਜੀ ਬਾਬਾ ਜੀ ਨੌਕਰਾਂ ਨੌਕਰਾਂ ਸ਼ਾਲਾ ਸੈਣ ਰਾਜੀ ਹੋ ਗਈ ਜੀ। ਸੈਯਦਾ ਗਰੀਬ ਤੋਂ ਗਰੀਬ ਬੰਦਾ ਨਹੀਂ ਆਦਾ, ਜਾ ਤੇਰਾ ਨਸੀਬ ਧੀਆਂ। ਕੋਈ ਐਸਾ ਘਰ ਨਹੀਂ ਜਿਸ ਵਿਹੜੇ 'ਚ ਧੀ ਨਹੀਂ, ਕੋਈ ਐਸਾ ਵਿਹੜਾ ਨਹੀਂ ਜਿਸ ਘਰ 'ਚ ਧੀ ਨਹੀਂ। ਰਜੋਏ ਆਲਿਓ ਮੈਨੂੰ ਅਲਮੇ ਅੱਬਾਸ ਦੀ ਕਸਮ ਏ, ਘਰ ਸ਼ੀਆ ਦਾ ਹੋਵੇ ਸੁੰਨੀ ਦਾ ਹੋਵੇ ਧੀ ਦੇ ਦੋ ਹੱਕ ਹੁੰਦੇ, ਜੀਂਦੀ ਹੋਵੇ ਤੇ ਈਦ, ਧੀ ਮਰ ਜਾਵੇ ਤੇ ਕਫਨ। ਪਤਾ ਨਹੀਂ ਕਿਹੜਾ ਬੰਦਾ ਜਾਂਦੀ ਹਾਏ ਨਹੀਂ ਨਿਕਲੇਗੀ। ਬਾਬਾ ਜੀ ਧੀ ਜੀਂਦੀ ਹੋਵੇ ਤੇ ਈਦ, ਮਰ ਜਾਵੇ ਤੇ ਕਫਨ। ਮੈਨੂੰ ਮਿੰਬਰ ਦੀ ਕਸਮ ਏ, ਜਦਾ ਈਦ ਆਈ ਅਲੀ ਦੀ ਧੀ ਯਤੀਮ ਹੋ ਗਈ। ਰਜੋਇਆ ਲਿਓ ਜਦਾਂ ਕਫਨ ਦਾ ਵੇਲਾ ਆਇਆ, ਅਲੀ ਦੀ ਧੀ ਦੇ ਪੇਕੇ ਮੁੱਕ ਗਏ। ਚੰਦ ਬੰਦੇ ਮੇਰੇ ਨਾਲ ਨਹੀਂ, ਜਿਤਨੀਆਂ ਸੈਯਦਾਦੀਆਂ ਉਹ ਤੁਹਾਡੀ ਨੁਕਰਾਣੀ ਦਾ ਪੁੱਤਰ ਆ। ਇੱਕ ਜੁਮਲਾ ਪੜਨ ਲੱਗਾ, ਪੀਰ ਲਾਲ ਸ਼ਾਹ ਜੀ, ਗਰੀਬ ਤੋਂ ਗਰੀਬ ਦੀ ਧੀ ਹੋਏ ਸਾਲ 'ਚ ਚਾਰ ਜਾਂ ਪੰਜ ਲਿਬਾਸ ਤਬਦੀਲ ਕਰਦੀ ਹੈ। ਸ਼ਜ਼ਾ ਤੇਰੇ ਪੁੱਤਰਾਂ ਦੀ ਜ਼ਿੰਦਗੀ ਹੋਵੇ, ਗਰੀਬ ਤੋਂ ਗਰੀਬ ਵਿਹੜੇ ਦੀ ਧੀ ਹੋਵੇ ਇੱਕ ਸਾਲ 'ਚ ਚਾਰ ਜਾਂ ਪੰਜ ਲਿਬਾਸ ਤਬਦੀਲ ਕਰਦੀ ਹੈ। ਇਹ ਜ਼ਿਕਰੇ ਹੁਸੈਨ ਕੁਰਾਨ ਤੋਂ ਘੱਟ ਨਹੀਂ, ਕੁਰਾਨ ਮੇਰੇ ਸਰ ਤੇ ਇਸ ਇਲਾਕੇ ਵਾਲੇ ਮੈਨੂੰ ਮਿੰਬਰ ਦੀ ਕਸਮ ਏ, ਜਿੰਨਾ ਕੱਪੜਿਆਂ ਨਾਲ ਆਉਣ ਦੀ ਮਾਂ ਕਰਬਲਾ ਸ਼ਬੀਰ ਨੂੰ ਮਿਲੀ ਏ, ਅਲਮ ਦੀ ਕਸਮ ਏ ਉਸ ਕਾਲੇ ਕੱਪੜਿਆਂ 'ਚ ਸੱਜਾਦ ਸ਼ਾਮ ਦਫਨਾਈ ਏ। ਕਰਨ ਮਾਤਮ, ਕਰਨ ਮਾਤਮ, ਕਰਨ ਮਾਤਮ, ਮਰਹਬਾ 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 ਮਰਹਬਾ। ਨੌਕਰਾਂ ਬੜੇ ਹੌਸਲੇ ਨਾਲ, ਬੜੇ ਹੌਸਲੇ ਨਾਲ ਮੈਂ ਬਿਸਮਿਲਾ ਕਰਾਂ। ਸਈਦਾਂ ਦਾ ਹੁਕਮ ਹੈ, ਮੈਂ ਦੋ ਐਣ ਕਰਨੇ ਨੇ, ਉਸੇ ਕਾਲੇ ਲਿਬਾਸ ਵਿੱਚ ਸਜਾਦ ਸ਼ਾਮ ਦਫਨਾਈ। ਮਕਸਦ ਤੇ ਆਵਾਂ, ਜਲ ਗਿਆ ਤਤਹੀਰ ਦਾ ਕਾਬਾ, ਜਲ ਗਿਆ ਅਲੀ ਦੀ ਧੀ ਦਾ ਖੈਮਾ, ਜਲ ਗਈ ਉਮਲ ਬਨੀਨ ਦੇ ਪੁੱਤਰ ਦੀ ਸਜਦਾ ਗਾ। ਮੈਨੂੰ ਤਲਵਾਰ ਦੇ, ਤਲਵਾਰ ਜਾਂ ਸੜੀ ਹੋਈ ਚੋਗ,
ਤਲਵਾਰ ਦੇਣ ਤੋਂ ਬਾਅਦ ਬੀਬੀ ਫਿਜ਼ਾ ਦੀ ਕੂਕ ਆਈ। ਬੀਬੀ ਆਦੀ ਅੰਮਾ ਹੁਣ ਕਿਉਂ ਰੋਨੀ ਏ, ਸਜਦਾ ਮੈਨੂੰ ਮਾਫ ਕਰਿਆ। ਬੀਬੀ ਆਦੀ ਏ ਉੱਜੜ ਗਈ ਏ, ਰੁਕਈਆ ਦੀ ਧੀ ਨਹੀਂ ਪਈ ਲੱਭਦੀ। ਪਤਾ ਨਹੀਂ ਕਿਹੜਾ ਬੰਦਾ ਜਿਹੜਾ ਹੋ ਸ਼ੀਆ ਤੇ ਮਾਤਮ ਨਾ ਕਰ ਸੀ। ਰੁਕਈਆ ਦੀ ਧੀ ਨਹੀਂ ਪੀ ਲੱਭਦੀ, ਮਿੰਬਰ ਗਵਾਏ ਅਲੀ ਦੀ ਧੀ, ਦੋਵਾਂ ਭੈਣਾਂ ਨੂੰ ਨਾਲ ਲਿਆਏ, ਨਾਲ ਬੀਬੀ ਫਿਜ਼ਾ ਨੂੰ ਲਿਆਏ। ਬੰਦੇ ਆ ਦਿਨ ਜ਼ਾਕਰ ਸਖਤ ਪੜ੍ਹਦੇ ਨੇ, ਕਿਤਾਬਾਂ ਪੜ੍ਹੀਏ ਮਰ ਜਾਣ ਤੇ ਦਿਲ ਕਰਦਾ। ਮਿੰਬਰ ਗਵਾਏ ਟਿੱਬੇ ਤੋਂ ਲੱਥੀਆਂ, ਤਰਵਾਂ ਦੀਆਂ ਅਲੀ ਦੀਆਂ ਉੱਚੇ ਵੈਣ ਕੀਤੇ ਨੇ। ਅਜ਼ਾਦਾਰਾ ਮੈਨੂੰ ਮਾਫ ਕਰਿਆ, ਕਰੋ ਸਵਾਲ, ਧੀ ਲੱਭੀ ਆ ਕੋਈ ਨਾ? ਧੀ ਦੀ ਲਾਸ਼ ਤੇ ਬਹਿ ਕੇ ਵਾਲ ਖੁੱਲ ਗਏ ਨੇ, ਉੱਚੇ ਵੈਣ ਕੀਤੇ ਨੇ, ਬੇਤਾਸ਼ ਮਾਤਮ ਕੀਤੇ ਨੇ। ਕਰ ਸਵਾਲ, ਚਾਇਆ ਤੇ ਚਾਇਆ ਕਿਵੇਂ? ਪਤਾ ਨਹੀਂ ਕਿਹੜਾ ਬੰਦਾ ਹੈ ਜਿਹੜਾ ਸ਼ੀਆ ਸੀ, ਮਾਤਮ ਨਾ ਕਰ ਸੀ। ਆਉਣ ਦੀ ਮਾਂ ਬਾਂਦੀ ਬਾਂਦੀ ਕਰਬਲਾ ਦੀ ਮਿੱਟੀ ਤੇ ਬਹਿ ਗਈ ਏ। ਮਾਤਮੀ ਆਓ ਮੇਰੀ ਸੈਣੇ ਜਚਾਇਆ ਏ, ਜਿਵੇਂ ਸ਼ਬੀਰ ਕਾਸਮ ਚਾਇਆ। ਮੁਸਲਮ ਦੀ ਧੀ ਸ਼ਾਮੇ ਗਰੀਬਾਂ ਪਾਮਾਲ ਹੋ ਗਈ। ਮੈਨੂੰ ਅਲਮ ਦੀ ਕਸਮ ਏ, ਮੈਂ ਤੇਰੇ ਡਰ ਤੋਂ ਜੁਮਲਾ ਪਰਦੇ ਚ ਪੜਿਆ ਮੁਕਾਵਾ ਪਾਰਾ ਦਿੱਤਾ ਏ। ਮੇਰਾ ਕੋਈ ਕਿਸੇ ਨਾਲ ਇਤਰਾਜ਼ ਨਹੀਂ, ਮੇਰਾ ਕੋਈ ਕਿਸੇ 'ਤੇ ਅਟੈਕ ਨਹੀਂ। ਕਬਰ ਵੀ ਆਪਣੀ ਹੈ, ਅਕੀਦਾ ਵੀ ਆਪਣਾ ਹੈ। ਮੇਰੇ ਮਸਾਹਿਬ ਵਿੱਚ ਪੈਗਾਮ ਹੈ, ਜੇ ਕੋਈ ਬੰਦਾ ਨਾਲ ਲੈ ਜਾਏ ਤਾਂ। ਮੈਂ ਅੱਜ ਦੇ ਦਿਨ ਤੱਕ ਨਹੀਂ ਪੜ੍ਹਿਆ। ਬੀਬੀ ਆਖਿਆ ਹੋਵੇ ਅੰਮਾ ਵੱਧ ਕੋਈ ਲੁੱਟਣ ਪਿਆ ਹੁੰਦਾ। ਮੈਂ ਅੱਜ ਤੱਕ ਨਹੀਂ ਪੜ੍ਹਿਆ ਜੋ ਬੀਬੀ ਸੁਜਾਣਿਆ ਨਾ ਹੋਏ। ਮੇਰੀ ਸਾਰੀ ਮਜਲਸ ਭੁੱਲ ਜਾਈ, ਹੁਸੈਨ ਦੇ ਆਖਰੀ ਸਜਦੇ ਦਾ ਵਾਸਤੇ ਮੇਰਾ ਲਫ਼ਜ਼ ਨਾ ਭੁੱਲੀ। ਜਿਹਨੂੰ ਅਲੀ ਜੈਸਾ ਆਲਮ ਆਲਮਾ ਤਸਲੀਮ ਕਰੇ, ਉਸ ਬੀਬੀ ਨੂੰ ਜ਼ੈਨਬਾਦ। ਸ਼ਾਬਾਸ਼ ਜਿੰਨਾ ਮੇਰੀ ਗੱਲ ਸਮਝੀਏ, ਮੇਰਾ ਸਲਾਮ ਹੈ ਉਹਨਾਂ ਬੰਦਿਆਂ ਨੂੰ। ਆਪਣੇ ਪਿਓ ਦੀ ਇੱਕ ਇੱਕ ਅਦਾ ਤੋਂ ਵਾਕਫ ਧੀ ਅਲੀ ਦੀ। ਜਿਹੜੇ ਵੇਲੇ ਬੀਬੀ ਪਾਕ ਨੂੰ ਪਤਾ ਲੱਗਾ ਜੋ ਮੇਰਾ ਬਾਬਾ ਪਿਆਂਦਾ ਹੈ, ਉਹ ਮਾਤਮੀਆਂ ਉਸ ਜ਼ਿੰਦਗੀ ਵਿੱਚ ਪਹਿਲੀ ਵਾਰੀ ਇਸ ਤਰੀਕੇ ਨਾਲ ਆਸਮਾਨ ਦੇ ਪਾਸੇ ਵੇਖ ਕੇ ਅਲੀ ਦੀ ਧੀ ਆਦੀ ਛੁਪ ਜਾ, ਮੈਨੂੰ ਪੇਕੇ ਮਿਲਣਾ ਦੇ ਪੈਣ। ਮਰਹਬਾ ਮਰਹਬਾ ਮਰਹਬਾ, ਬੜੀਆਂ ਵੱਡੀਆਂ ਮੁਕਾਣਾ ਹੋਈਆਂ ਇਸੇ ਵੈਣ ਤੇ ਜਿਹੜਾ ਮੈਂ ਕਰਨ ਲੱਗਾ। ਜਿਹੜੀ ਔਖੀ ਦੁਆਈ ਮੰਗ ਲਵੀ, ਮਿੰਬਰ ਗਵਾਏ ਅਲੀ ਬਾਦਸ਼ਾਹ 17 ਕਦਮਾਂ ਤੇ ਆ ਕੇ ਰੁਕੇ ਨੇ। ਅਲੀ ਦੀ ਧੀ ਚਾਦਰ ਤੇ ਹੈ ਕੋਈ ਨਾ ਨਾ, ਦੋਵੇਂ ਹੱਥ ਸਿਰ ਤੇ ਚ ਰੱਖੇ ਨੇ। ਪਿਓ ਦੇ ਪਾਸੇ ਕੰਡ ਕੀਤੀ ਏ, ਉੱਚਾ ਵੈਣ ਕਰਕੇ ਬੀਬੀ ਆਦੀ ਬਾਬਾ ਮੁੱਕ ਮਾਣ ਗਏ ਵਿੱਚ ਜੰਗਲਾਂ ਦੇ, ਆ ਵੇਖ ਮੈਂ ਕੱਲੀ ਰਹਿ ਗਈ ਆ, ਮੇਰੀ ਮਾਂ ਦੀਆਂ ਨੂੰ ਮਰਹਬਾ ਮਰਹਬਾ। ਡੇਢ ਮਿੰਟ ਅਲੀ ਘੋੜੇ ਤੋਂ ਲੱਥੇ ਸਾਹਮਣੇ ਆਏ। ਬੀਬੀ ਆਦੀ ਬਾਬਾ ਤੁਸੀਂ ਆਉਣ ਦੀ ਤਕਲੀਫ ਕਿਉਂ ਕੀਤੀ ਹੈ? ਕੱਲ੍ਹ ਮੈਂ ਤੁਹਾਡੇ ਕੋਲੋਂ ਜੋ ਲੰਘਣਾ ਆਇਆ, ਮੇਰੇ ਅੱਲਾ ਮੈਂ ਪੁੱਤਰ ਕੁਰਬਾਨ ਕਰ ਦੇਵਾਂ, ਮੈਂ ਧੀਆਂ ਧੀਆਂ ਚਾਦਰਾਂ ਕੁਰਬਾਨ ਚੱਕਰ। ਫਰਮਾਇਆ ਅੱਲਾ ਦੀ ਤੌਹੀਦ, ਨਬੀਆਂ ਦੀ ਨਬੂਵਤ, ਆਪਣੀ ਵਿਲਾਇਤ ਦੀ ਤਰਫੋਂ ਤੇਰੇ ਹੌਸਲੇ ਨੂੰ ਸਲਾਮ ਕਰਨਾ ਹੈ। ਉਹ ਮੇਰੀ ਹੌਸਲੇ 'ਚ ਪੁੱਤਰਾਂ ਤੋਂ ਵੱਧ ਧੀ। ਪੁੱਤਰਾਂ ਦੀ ਮੁਕਾਣ, ਭਿਰਾਵਾਂ ਦੀ ਮੁਕਾਣ ਨਹੀਂ ਬਾਬਾ ਅਲੀ ਉਨ ਵਲੀਉੱਲਾ, ਪਿੱਛੇ ਭਿਰਾ ਕੁਰਬਾਨ ਪੁੱਤਰ ਕੁਰਬਾਨ। ਜਿਨ੍ਹਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਦੱਸੋ ਜਦੋਂ ਘਰ ਜਾਂਦੇ ਹੋ ਧੀਆਂ ਨੂੰ ਕਿਵੇਂ ਮਿਲਦੇ ਹੋ? ਦਸਤੂਰ ਏ ਧੀ ਪਿਓ ਦੇ ਸਾਹਮਣੇ ਸਿਰ ਨੀਵਾਂ ਕਰਦੀ। ਮਸਾਹਿਬ ਔਖਾ ਤੇ ਸੱਜਾਦ ਰਾਤ ਰੋਂਦੇ ਰਹਿਣ, ਮਸਾਹਿਬ ਔਖਾ ਤੇ ਬਾਰਵਾਂ ਪਰਦੇ ਚ ਪਾਣੀ ਨਹੀਂ, ਰਤ ਪਿਆ ਰੋਂਦਾ ਏ। ਅਜ਼ਾਦਾਰਾ ਮੈਨੂੰ ਮਾਫ ਕਰੇ, ਅਲੀ ਬਾਦਸ਼ਾਹ ਘੋੜੇ ਤੋਂ ਲੱਥਣ ਆ ਕੇ ਧੀ ਦੇ ਸਿਰ ਤੇ ਹੱਥ ਰੱਖਿਆ ਏ। ਮੈਨੂੰ ਮਿੰਬਰ ਦੀ ਕਸਮ ਏ, ਅਲੀ ਜਿਵੇਂ ਹੱਥ ਚ ਆਇਆ ਏ, ਹੱਥ ਦਾ ਰੰਗ ਤਬਦੀਲਾ,
ਮੈਂ ਮਿੰਬਰ ਦੀ ਕਸਮ ਹੈ ਨਾ ਇਤਨਾ ਅਲੀ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਜਿਤਨਾ ਅਲੀ ਦੀਆਂ ਧੀਆਂ ਨੂੰ ਬੀਬੀਆਂ ਦੀਆਂ ਬਾਬਾ ਹੱਥ ਚਾ ਅਕਬਰ ਦਾ ਕਾਤਲ ਮਰਹਬਾ 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 ਆਖਰੀ ਵੈਣ ਮੇਰੀ ਤਵੱਕੋ ਤੋਂ ਜ਼ਿਆਦਾ ਮੈਨੂੰ ਖੈਰਾਤ ਮਿਲ ਗਈ ਰਾਤ ਦਾ ਅੰਧੇਰਾ ਹੋ ਗਿਆ ਤੁਸਾਂ ਖੁਸ਼ ਨਸੀਬ ਹੋ ਅੱਗੇ ਦੀਵਾਨਾ ਸਾਹਿਬ ਨੇ ਵੀ ਐਲਾਨ ਕੀਤਾ ਹੁਣ ਮੈਂ ਮਸਾਏ ਵਿੱਚ ਪਿਆ ਕਰਦਾ ਪੀਰ ਤਨਵੀਰ ਸ਼ਾਹ ਸਾਹਿਬ ਸਾਰੇ ਸ਼ੀਆਂ ਵਾਸਤੇ ਇੰਤਜ਼ਾਮ ਕੀਤਾ ਜੋ ਪਤਾ ਨਹੀਂ ਕਿੱਥੋਂ ਕਿੱਥੋਂ ਪਦ ਕਰਕੇ ਸਾਡੀਆਂ ਭੈਣਾਂ ਮਜਲਿਸ ਵਿੱਚ ਆਈਆਂ ਕੋਈ ਮੇਰੀ ਮਾਂ ਭੈਣ ਪਰੇਸ਼ਾਨ ਨਾ ਹੋਵੇ ਉਹਨਾਂ ਨੂੰ ਬਾ ਇੱਜ਼ਤ ਤਰੀਕੇ ਨਾਲ ਉਹਨਾਂ ਦੇ ਘਰ ਪਹੁੰਚਾਇਆ ਹੋਇਆ ਸੀ ਬਾਬਾ ਜੀ ਭੈਣ ਹੋਵੇ ਵੱਡੀ ਬਿਰਾ ਹੋਵੇ ਨਿੱਕਾ ਬਾਰਿਸ਼ ਲੈ ਪਵੇ ਤੂਫਾਨ ਆ ਜਾਵੇ ਮਿੰਬਰ ਦੀ ਕਸਮ ਇੱਕ ਇੱਕ ਕਦਮ ਤੇ ਨਿੱਕਾ ਬਿਰਾ ਵੱਡੀ ਭੈਣ ਦਾ ਬੁਰਕਾ ਨਾਪ ਕੇ ਆਖੀ ਖਬਰਾ ਨਹੀਂ ਮੈਂ ਤੇਰੇ ਨਾਲ ਲਾਇਆ ਕੁਰਾਨ ਰੱਖ ਮੇਰੇ ਸਰ ਤੇ ਕਰਬਲਾ ਤੋਂ ਲੈ ਕੇ ਸ਼ਾਮ ਤਾਈ ਨਿੱਕੀ ਭੈਣ ਵੱਡੇ ਬਿਰਾ ਨੁਵਾ ਦੀ ਰਹੀ ਰਤ ਨਾ ਰੋ ਮੈਂ ਤੇਰੇ ਨਾਲ ਜਿਹੜੀ ਆਦੀ ਮੇਰੇ ਕੋਈ ਚੋਖੇ ਬਚ ਗਏ ਸਦਕੇ ਸਦਕੇ ਮਾਸ਼ਾਅੱਲਾ ਮਾਸ਼ਾਅੱਲਾ ਉਮਰ ਬਨੀਨ ਦਾ ਪੁੱਤਰ ਕਿਸੇ ਦਾ ਮੁਹਤਾਜ ਨਾ ਕਰੀ ਜਿਹੜੀ ਔਖੀ ਦੁਆ ਤੇਰੇ ਦਿਲ ਚ ਇਸੇ ਮੁਸਾਹਿਬ ਦਾ ਸਦਕਾ ਮਾਂ ਹੁਸੈਨ ਦੀ ਕਬੂਲ ਕਰੀ ਪੀਰ ਤਨਵੀਰ ਸ਼ਾਹ ਜੀ ਮੇਰੀ ਮਸਾਏ ਵਿੱਚ ਦੁਆ ਮਾਂ ਹੁਸੈਨ ਦੀ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਜਿਹੜੇ ਜ਼ੰਜੀਰ ਮਾਰ ਦਿਓ ਇੱਕ ਵਾਰੀ ਹੱਥ ਉੱਚਾ ਕਰੋ ਪੈਗਾਮ ਦੇਵਣ ਲੱਗਾ ਮਾਸ਼ਾਅੱਲਾ ਸਲਾਮ ਹੈ ਤੁਹਾਡੇ ਹੱਥਾਂ ਨੂੰ ਸਲਾਮ ਹੈ ਤੁਹਾਡੇ ਅਕੀਦੇ ਨੂੰ ਸਲਾਮ ਹੈ ਮਾਤਮੀਆਂ ਦੀ ਜੁੱਤੀ ਨੂੰ ਹੁਸੈਨ ਦਾ ਜ਼ਾਕਿਰਾ ਅਕਬਰ ਦਾ ਮਾਤਮੀਆਂ ਮੈਂ ਆਪ ਵੀ ਜ਼ੰਜੀਰ ਜ਼ਾਨਾ ਮੇਰੇ ਭਰਾ ਵੀ ਜ਼ੰਜੀਰ ਜ਼ਾਨਨ ਮੇਰੇ ਪੁੱਤਰ ਵੀ ਜ਼ੰਜੀਰ ਜ਼ਾਨਨ ਪੀਰ ਇਕਬਾਲ ਸ਼ਾਹ ਜੀ ਜਿਹੜਾ ਅੰਧੇਰਾ ਹੋਇਆ ਸੱਚ ਬਾਤ ਕੋਈ ਅਲੀ ਦੀ ਨੂੰ ਮੁਕਾਨ ਛੱਲਣ ਆਈਏ ਮੈਂ ਤੁਹਾਡੇ ਹੱਥ ਸਵਾਸ ਤੇ ਖੜੇ ਕੀਤਨ ਮੈਨੂੰ ਬੋਲ ਕੇ ਦੱਸੋ ਪੀਰ ਤਨਵੀਰ ਸ਼ਾਹ ਮੈਂ ਕੁਰਾਨ ਸਿਰ ਤੇ ਰੱਖ ਕੇ ਅੱਜ ਬਦੁਆ ਪਿਆ ਮੰਗਦਾ ਅੱਲਾ ਕਰੇ ਉਹ ਪੁੱਤਰ ਮਰ ਜਾਏ ਜਿਹੜਾ ਜੀਂਦਾ ਹੋਵੇ ਤੇ ਅਕਬਰ ਦਾ ਮਾਤਮ ਨਾ ਕਰੇ ਉਹ ਮੈਨੂੰ ਬੋਲ ਕੇ ਦੱਸੋ ਜਿਹੜਾ ਜ਼ੰਜੀਰ ਮਾਰ ਕੇ ਘਰ ਜਾਂਦੇ ਹੋ ਕਿਸੇ ਨੂੰ ਭੈਣਾ ਦੀ ਆਵੇ ਵੀਰ ਮੈਂ ਤੇਰੀ ਕੰਡ ਸਾਫ਼ ਕਰਾਂ ਕਿਸੇ ਨੂੰ ਮਾਂ ਦੀ ਆਵੇ ਬਛੜਾ ਮੈਂ ਤੇਰੀ ਕੰਡ ਸਾਫ਼ ਕਰਾਂ ਲਾਇਆ ਕੁਰਾਨ ਰੱਖ ਮੇਰੇ ਸਰ ਤੇ ਉਹ ਜਵਾਨੋ ਜਿੰਨਾ ਸੱਜਾ ਦੀ ਕੰਡ ਸਾਫ ਕਰਨ ਆਈ ਉਹਨਾਂ ਦੇ ਹੱਥ ਰੁੱਝ ਗਏ ਜਿਹੜੀ ਆਦੀ ਆਈ ਸੱਜਾ ਦੇ ਭੈਣ ਦੇ ਹੱਥ ਰੁੱਝ ਗਏ ਇਨਕੇ ਬਾਅਦ ਬੈਰੁਲ ਮਸਾਹਿਬ ਸ਼ਹਿਨਸ਼ਾਹ ਮਸਾਹਿਬ ਮੁਰੱਕਾ ਦਰਦ ਦਰਪਨ ਅਦਬ ਅਕਾਸ ਗਮ ਮੁਫਸਰ ਤਾਰੀਖ ਕਰਬਲਾ।